मतलब के चल जू है ना, इन धोना पैना, धोना पैना। चलो वधिया हो गया बच्चा, इन दे दांगे, नहीं तां तुसीं रख लिओ इह। फाइनली मैं रेडी वगैरह होके हुण निकलिया घरों, तो आप जाना किसी बंदे नूं मिलण दे लई, ते किथे जाना वा, किहनूं मिलना वा, आपां तुहानूं सारा कुछ दिखावांगे। फाइनली चढ़ गए हां बाइक ते, ते निकले आ घरों दी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਕਾ ਤਾਂ ਸਾਰੇ ਕਹਿਣਗੇ, ਵੈਲਕਮ ਬੈਕ ਟੂ ਚੈਨਲ ਗਾਇਸ। ਅਤੇ ਟਾਈਮ ਹੋ ਰਿਹਾ ਵਾ 10 ਵੱਜ ਰਹੇ ਆ, ਅਤੇ ਪਿਛਲੇ ਵਲੋਗ 'ਚ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਆਪਾਂ ਜਾਵਾਂਗੇ ਬਾਈਕ ਵਗੈਰਾ ਸਰਵਿਸ ਕਰਾਉਣ ਦੇ ਲਈ, ਅੱਜ ਆਪਾਂ ਜਾਣਾ ਵਾ। ਅਤੇ ਯਾਰ ਪਿਛਲੀ ਵਾਰੀ ਆਪਣਾ ਕੰਮ ਰੁਕ ਗਿਆ ਸੀਗਾ, ਅਤੇ ਬਾਕੀ ਆਲਵੇਜ਼ ਕੰਮ, ਬਾਕੀ ਸਾਰੇ ਕੰਮ ਰੈਡੀ ਹੋ ਗਏ ਸੀਗੇ, ਬਾਕੀ ਸਾਰੇ ਕੰਮ ਹੋ ਚੁੱਕੇ ਸੀਗੇ, ਬਸ ਰਹਿ ਗਿਆ ਸੀਗਾ ਇੱਕ ਬਾਈਕ ਦਾ। ਬਾਈਕ ਇਸ ਟਾਈਮ ਇੰਨਾ ਕੁ ਇੰਨੀ ਕੁ ਖਰਾਬ ਹੋਈ ਹੋਈ ਹੈ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਇੰਨੀ ਕੁ ਖੜਖੜ ਕਰਦੀ ਪਈ ਆ ਕਿ ਮੈਨੂੰ ਬੜਾ ਬੁਰਾ ਹੋਇਆ ਫੀਲ ਹੋ ਰਿਹਾ ਯਾਰ। ਇੰਨੀ ਵਧੀਆ ਬਾਈਕ ਹੁੰਦੇ ਹੁੰਦੇ ਹੋਏ ਵੀ ਆਪਾਂ ਇੰਨਾ ਸਹੀ ਤਰੀਕੇ ਨਾਲ ਰੱਖਿਆ ਨਹੀਂ ਹੈਗਾ। ਬਾਕੀ ਹੁਣ ਫਰੈਸ਼ ਹੋ ਕੇ ਆਏ ਹਾਂ ਅਤੇ ਮੰਮਾ ਨੂੰ ਪਾਣੀ ਗਰਮ ਕਰਕੇ ਦੇਣ ਲੱਗੇ ਹਾਂ, ਕਿਉਂਕਿ ਮੰਮੀ ਲੈਣੀ ਦਵਾਈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਕੰਮ ਕਰਦੇ ਹਾਂ। ਫਾਈਨਲੀ ਹੁਣ ਮੈਂ ਰੈਡੀ ਹੋ ਗਿਆ, ਰੈਡੀ ਹੋ ਕੇ ਨਾ ਅਤੇ ਹੁਣ ਆਪਾਂ ਚੱਲਿਆ ਬਾਈਕ ਦੀ ਸਰਵਿਸ ਕਰਾਉਣ ਦੇ ਲਈ। ਫਾਈਨਲੀ ਪੈਸੇ ਪੂਸੇ ਆਪਾਂ ਬਾਪੂ ਜੀ ਤੋਂ ਲੈ ਲਏ ਸੀਗੇ, ਅਤੇ ਬਾਈਕ ਦੀ ਸਰਵਿਸ ਕਰਾਉਣ ਜਾਣੀ ਆ। ਅਤੇ ਪਹਿਲਾਂ ਉਹਦੇ ਲਈ ਲੈਣਾ ਆਪਾਂ ਤੇਲ, ਜਿਹੜਾ ਉਹਦਾ ਲਈ ਇੰਜਨ ਦਾ ਲੈਣਾ ਵਾ, ਇੰਜਨ ਦੇ ਲਈ ਜਿਹੜਾ ਤੇਲ ਆ ਪਹਿਲਾਂ ਉਹ ਲੈਣਾ ਵਾ। ਇਹ ਵੀ ਜਾ ਕੇ ਉਹਨੂੰ ਪੁੱਛਦੇ ਹਾਂ ਵੀ ਕਿਹੜਾ ਤੇਲ ਲੈ ਕੇ ਆਉਣਾ ਚਾਹੀਦਾ ਆਪਾਂ ਨੂੰ। ਅਤੇ ਚਲੋ ਪਹਿਲਾਂ ਆਪਾਂ ਚੱਲਦੇ ਹਾਂ ਯਾਰ, ਮੇਰਾ ਕਾਫੀ ਪੀਣ ਦਾ ਮਨ ਕਰ ਰਿਹਾ ਸੀਗਾ, ਬਟ ਹੁਣ ਕੋਈ ਗੱਲ ਨਹੀਂ, ਦੇਖਣਾ ਪਊਗਾ। ਇੱਦਾਂ ਹੀ ਹਜੇ ਤਾਂ ਪਿਛਲਾ ਵਲੌਗ ਨਹੀਂ ਐਡਿਟ ਕੀਤਾ ਯਾਰ, ਪਤਾ ਨਹੀਂ ਕੀ ਬਣਨਾ, ਕੋਈ ਨਹੀਂ ਦੇਖਦੇ ਹੁਣ। ਹਾਂਜੀ ਫਾਈਨਲੀ ਆਪਾਂ ਕੈਪ ਲੈ ਲਈ ਆ, ਦੇਖਣ ਨੂੰ ਇੱਦਾਂ ਬੁਰੀ ਜਿਹੀ ਲੱਗ ਰਹੀ ਆ ਬਟ ਉਹਦਾ ਰਿਐਲਿਟੀ 'ਚ ਅਗਰ ਦੇਖੀਏ ਤਾਂ ਵਧੀਆ ਲੱਗ ਰਹੀ ਆ। ਅਤੇ ਹੁਣ ਆਪਾਂ ਚੱਲੀਏ ਸਿੱਧਾ ਸਰਵਿਸ ਕਰਾਉਣ ਦੇ ਲਈ, ਧੁੱਪ ਕਰਕੇ ਯਾਰ ਥੋੜ੍ਹੀ ਜਿਹੀ ਲੈ ਲਈ, ਫਿਰ ਨਾ ਸਾਡੇ ਇੰਜ ਹੋ ਜਾਂਦਾ। ਅਤੇ ਹੁਣ ਆਪਾਂ ਜਾਵਾਂਗੇ ਸਿੱਧਾ ਸਰਵਿਸ ਕਰਾਉਣ ਦੇ ਲਈ, ਨਿਕਲ ਰਿਹਾ। ਮੋਟਰਸਾਈਕਲ ਦਾ ਹਾਲ ਯਾਰ ਬੜਾ ਭੈੜਾ ਹੋਇਆ ਪਿਆ ਵਾ, ਕੀ ਦੱਸਾਂ ਤੁਹਾਨੂੰ ਹੁਣ ਮੈਂ, ਕਾਹਨੂੰ ਇਹਦੀ ਵਿਚਾਰੇ ਦੀ ਬੇਇੱਜ਼ਤੀ ਕਰਨੀ ਆ। ਓਏ ਹੋ ਜਾ। ਹਾਂਜੀ ਗਾਇਜ਼, ਪਹਿਲਾਂ ਆਪਾਂ ਚੱਲੇ ਹਾਂ ਇਹਦਾ ਮੁਗਲੈਲ ਲੈਣ ਦੇ ਲਈ, ਵੈਲਵੋਲਾਈਨ ਦਾ ਜਾਂ ਕੈਸਟਰੋਲ ਦਾ, ਦੇਖਾਂਗੇ ਕਿਹੜਾ ਚਾਹੀਦਾ ਆਪਾਂ ਨੂੰ। ਅਤੇ ਉਸ ਤੋਂ ਬਾਅਦ ਆਪਾਂ ਇੱਕ ਲੈਣਾ ਇਹਦਾ ਫਿਲਟਰ, ਫਿਲਟਰ 'ਤੇ ਜਿੱਥੇ ਆਪਾਂ ਚੱਲੇ ਹਾਂ ਆਪਾਂ ਨੂੰ ਦੋਨੋਂ ਚੀਜ਼ਾਂ ਉੱਥੋਂ ਹੀ ਮਿਲ ਜਾਣਗੀਆਂ, ਉੱਥੇ ਅਵੇਲੇਬਲ ਹੋਣਗੀਆਂ। ਅਤੇ ਉਸ ਤੋਂ ਇਲਾਵਾ ਬਾਕੀ ਬ੍ਰੇਕਾਂ ਬਰੂਕਾਂ ਠੀਕ ਹੈ ਇਹਦੀਆਂ, ਬਸ ਇਹ ਦੋ ਚੀਜ਼ਾਂ, ਦੋ ਤਿੰਨ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਾਂ ਲੈ ਕੇ ਆਉਣੀਆਂ ਹੁਣ ਮਾਰਕੀਟ ਤੋਂ ਜਾ ਕੇ, ਬਸ ਆਪਾਂ ਜਾ ਰਹੇ ਹਾਂ ਅਤੇ ਜਾ ਕੇ ਲੈ ਕੇ ਆਉਂਦੇ ਹਾਂ। ਅਤੇ ਬਾਕੀ ਇੱਕ ਚੈਨ ਸੈੱਟ ਵਗੈਰਾ ਹੈਗਾ ਜਿਹੜਾ ਸਹੀ ਤਰੀਕੇ ਨਾਲ ਸਹੀ ਕਰਾਉਣਾ ਵਾ, ਚਲੋ ਦੇਖਦੇ ਹਾਂ ਕੀ ਰਹਿੰਦਾ ਵਾ, ਉਹ ਜਾ ਕੇ ਹੁਣ ਪਤਾ ਲੱਗੂਗਾ ਆਪਾਂ ਨੂੰ। ਫਾਈਨਲੀ ਆਪਾਂ ਪਹੁੰਚ ਗਏ ਅਤੇ ਹੁਣ ਲੈ ਰਹੇ ਹਾਂ ਆਪਾਂ ਵੈਲਵੋਲਾਈਨ ਦਾ। ਲੀਟਰ ਹੁੰਦਾ ਅੰਕਲ ਇਹ 'ਚ ਲੀਟਰ? ਇੱਕ ਆਪਣਾ ਇਹ ਚੀਜ਼ ਹੋ ਗਈ, ਸਾਈਕਲ ਲਿੱਤਾ ਵੈਲਵੋਲਾਈਨ ਦਾ ਤੇਲ, ਅਤੇ ਦੂਜੀ ਗੱਲ ਇਹ ਆ ਵੀ ਇੱਕ ਆਪਾਂ ਏਅਰ ਫਿਲਟਰ ਲਿੱਤਾ ਅਤੇ ਇੱਕ ਲਿੱਤਾ ਤੇਲ ਓਇਲ ਫਿਲਟਰ, ਅਤੇ ਉਹਦੇ 'ਚ ਦੇਖਦੇ ਹਾਂ ਕੀ ਵਾਪਸੀ ਹੋਊਗਾ ਅਤੇ ਕੀ ਸਹੀ ਰਹੂਗਾ, ਕਿਹੜਾ ਸਹੀ ਰਹੂਗਾ, ਤਿੰਨੇ ਚੀਜ਼ਾਂ ਦੇਖਣੀਆਂ ਪੈਣੀਆਂ ਨੇ। ਲੈ ਕੇ ਤਾਂ ਆਪਾਂ ਤਿੰਨੇ ਚੀਜ਼ਾਂ ਬਿਲਕੁਲ ਕਰੈਕਟ ਚੱਲੀਆਂ, ਬਟ ਉਹ 'ਚੋਂ ਕੁਛ ਅਗਰ ਵਾਪਸੀ ਹੋਣ ਵਾਲੀ ਤਾਂ ਉਹ ਆਪਾਂ ਵਾਪਸੀ ਕਰ ਆਵਾਂਗੇ। ਜੀ ਗਾਇਜ਼ ਫਾਈਨਲੀ ਦੇਖ ਲਈ ਯਾਰ, ਸਹੀ ਤਰੀਕੇ ਨਾਲ ਕਰ ਲਈ ਕੰਮ, ਸਰਵਿਸ ਕਰਨਾ, ਸਰਵਿਸ ਕਰਦੇ ਕਰਦੇ ਕੰਮ, ਜਿਹੜਾ ਮਾੜਾ ਮੋਟਾ ਖੜਕਦਾ ਨਾ ਇਹ ਸਾਰਾ ਸਹੀ ਕਰਦੇ ਭਰਾ ਮੇਰਾ। ਇਹਦੀ ਚੈਨ ਚੂਨ ਦੇਖ ਲਈ, ਬਹੁਤ ਖੜਕਦੀ ਆ, ਖੱਡਿਆਂ ਵਿੱਚ ਟੱਕ ਟੱਕ ਜਾਂਦੀ ਆ, ਬੜੀ ਮਟਕ ਮਟਕ ਕਰਦੀ ਆ, ਮਤਲਬ ਕਿ ਚੱਲ ਜੂ ਹੈ ਨਾ, ਇਹਨੂੰ ਧੋਣਾ ਪੈਣਾ, ਧੋਣਾ ਪੈਣਾ। ਚਲੋ ਵਧੀਆ ਹੋ ਗਿਆ ਬੱਚਾ, ਇਹਨੂੰ ਦੇ ਦਾਂਗੇ, ਨਹੀਂ ਤਾਂ ਤੁਸੀਂ ਰੱਖ ਲਿਓ ਇਹ, ਨਹੀਂ
ਫੇਬਰੇ ਉਹ ਕਰ ਦਿੰਦੇ ਕਲੱਚ ਦਾ ਕਲੱਚ ਕਰ ਦੋ ਬਾਕੀ ਦਾ ਹੋ ਗਿਆ ਆਪਣਾ ਬਾਕੀ ਸਰਵਿਸ ਸਾਰੀ ਹੋ ਗਈ ਆ ਸਰਵਿਸ ਬਾਈਕ ਦੀ ਸਾਰੀ ਹੋ ਗਈ ਅਤੇ ਰਹਿ ਗਿਆ ਬਸ ਸਿਰਫ ਕਲੱਚ ਟਾਈਟ ਕਰਨ ਵਾਲਾ ਰਹਿ ਗਿਆ ਵਾ ਅਤੇ ਉਸ ਤੋਂ ਇਲਾਵਾ ਆਪਣਾ ਰਹਿੰਦਾ ਵਾ ਇੱਕ ਉਸ ਤੋਂ ਇਲਾਵਾ ਬਸ ਇੱਕ ਪੋਲਿਸ਼ ਵਗੈਰਾ ਪਾਉਣੀ ਰਹਿ ਗਈ ਬਾਕੀ ਭਾਈ ਜਿਹੜਾ ਫਿਲਟਰ ਲੈ ਕੇ ਆਉਂਦਾ ਸੀਗਾ ਇਹ ਕੰਮ ਦਾ ਕੰਮ ਨਹੀਂ ਆਇਆ ਹੈ ਇਹ ਹੁਣ ਇੱਦਾਂ ਹੀ ਜਾ ਕੇ ਆਪਾਂ ਦੇ ਦੇਣਾ ਉਹਨਾਂ ਨੂੰ ਕਹਿ ਦੇਣਾ ਵੀ ਇਹ ਆਪਣੇ ਕੰਮ ਦਾ ਨਹੀਂ ਹੈ ਇਹ ਉਹਨਾਂ ਨੂੰ ਦੇ ਦੇਣਾ ਅਤੇ ਪੈਸੇ ਆਪਾਂ ਲੈ ਲੈਣੇ ਵਾਪਸ ਬਾਕੀ ਆਲਵੇਜ਼ ਕੰਮ ਹੈ ਰੈਡੀ ਫਾਈਨਲੀ ਆਪਾਂ ਬਾਈਕ ਦੀ ਸਰਵਿਸ ਵਗੈਰਾ ਕਰਾ ਕੇ ਨੜਾ ਧੜਾ ਹੋ ਕੇ ਧਵੋ ਕੇ ਧਵਾ ਕੇ ਇਹਨੂੰ ਅਤੇ ਹੁਣ ਚੱਲੇ ਹਾਂ ਪਹਿਲਾਂ ਫਿਲਟਰ ਆਪਾਂ ਚੇਂਜ ਕਰਨਾ ਵਾ ਫਿਲਟਰ ਦੇ ਕੇ ਪੈਸੇ ਲੈਣੇ ਆਪਾਂ ਉਹਨਾਂ ਤੋਂ ਕਿਉਂਕਿ ਫਿਲਟਰ ਆਪਣੇ ਕੰਮ ਨਹੀਂ ਆਇਆ ਹੈਗਾ ਉੱਦਾਂ ਦਾ ਉੱਦਾਂ ਹੀ ਆ ਨਾ ਆਪਾਂ ਪੈਕਟ ਪਾੜਿਆ ਉਹਦਾ ਅਤੇ ਬਸ ਫਿਰ ਚੱਲਦੇ ਹਾਂ ਸਿੱਧਾ ਘਰੇ ਫਾਈਨਲੀ ਘਰੇ ਪਹੁੰਚ ਚੁੱਕੇ ਹਾਂ ਅਤੇ ਆਪਾਂ ਫਿਲਟਰ ਜਿਹੜਾ ਸੀਗਾ ਉਹ ਕਰ ਆਉਂਦਾ ਵਾ ਉਹਨਾਂ ਨੂੰ ਦੇ ਆਉਂਦਾ ਅਤੇ ਹੁਣ ਬਸ ਕੀ ਕਰਾਂਗੇ ਪਹਿਲਾਂ ਰੋਟੀ ਰੋਟੀ ਖਾਵਾਂਗੇ ਰੋਟੀ ਰੋਟੀ ਖਾ ਕੇ ਫਿਰ ਨਹਾਵਾਂ ਧੋਵਾਂਗੇ ਫਿਰ ਜਿਹੜਾ ਕੰਮ ਆ ਉਹ ਕਰਕੇ ਆਵਾਂਗੇ ਕੀ ਕੰਮ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਫਾਈਨਲੀ ਮੈਂ ਰੈਡੀ ਵਗੈਰਾ ਹੋ ਕੇ ਹੁਣ ਨਿਕਲਿਆ ਘਰੋਂ ਅਤੇ ਆਪਾਂ ਜਾਣਾ ਕਿਸੇ ਬੰਦੇ ਨੂੰ ਮਿਲਣ ਦੇ ਲਈ ਅਤੇ ਕਿੱਥੇ ਜਾਣਾ ਵਾ ਕਿਹਨੂੰ ਮਿਲਣਾ ਵਾ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਣੇ ਰਹੋ ਵਲੌਗ ਦੇ ਨਾਲ ਅਤੇ ਫਾਈਨਲੀ ਚੜ ਗਏ ਹਾਂ ਬਾਈਕ 'ਤੇ ਅਤੇ ਨਿਕਲਿਆ ਘਰੋਂ ਦੀ ਨਿਕਲ ਤਾਂ ਆਪਾਂ ਪਹਿਲਾਂ ਹੀ ਜਾਣਾ ਸੀਗਾ ਮੈਂ ਵਲੌਗ ਸ਼ੁਰੂ ਕਰ ਦੇਣਾ ਸੀ ਬਟ ਕਿਸੇ ਰੀਜ਼ਨ ਕਰਕੇ ਮੈਂ ਨਹੀਂ ਕਰ ਪਾਇਆ ਬਾਕੀ ਮੋਟਰਸਾਈਕਲ ਹੁਣ ਬੜਾ ਵਧੀਆ ਚੱਲਦਾ ਪਿਆ ਵਾ ਅੱਗੇ ਵਾਂਗੂ ਨਾ ਹੀ ਕੋਈ ਖੜਖੜ ਆ ਰਹੀ ਆ ਨਾ ਕੋਈ ਆਵਾਜ਼ ਆ ਰਹੀ ਆ ਪਾਪਾ ਨੇ ਜਾਣਾ ਸੀਗਾ ਕੰਮ ਉਹਨਾਂ ਨੇ ਨਾਲ ਜਾਣਾ ਸੀਗਾ ਬਟ ਉਹ ਪਲੈਨ ਕੈਂਸਲ ਕਰਕੇ ਮੈਂ ਕਿਸੇ ਨੂੰ ਮਿਲਣਾ ਸੀਗਾ ਅਤੇ ਪਹਿਲਾਂ ਉੱਧਰ ਚੱਲਿਆ ਵਾਂ ਅਤੇ ਹੁਣ ਆਪਾਂ ਸਿੱਧਾ ਉੱਥੇ ਜਾ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਤਾਂ ਚਲੋ ਆਪਾਂ ਕਰਨੀਆਂ ਹੀ ਨੇ ਹਾਂਜੀ ਗੱਲ ਆਪਾਂ ਨਾ ਜਿੱਥੇ ਲੋਕੇਸ਼ਨ 'ਤੇ ਪਹੁੰਚਣਾ ਸੀਗਾ ਕੈਨਾਲ ਰੋਡ ਜਾਣਾ ਸੀਗਾ ਉੱਥੇ ਪਹੁੰਚਣ ਵਾਲੇ ਹਾਂ ਹਾਂਜੀ ਗੱਲ ਫਾਈਨਲੀ ਆਪਾਂ ਜਿਹੜੀ ਡੈਸਟੀਨੇਸ਼ਨ 'ਤੇ ਆਉਣਾ ਸੀਗਾ ਆਪਾਂ ਆ ਚੁੱਕੇ ਹਾਂ ਅਤੇ ਆਪਾਂ ਉਸ ਬੰਦੇ ਦੀ ਵੇਟ ਕਰਦੇ ਪਏ ਹਜੇ ਤੱਕ ਆਇਆ ਨਹੀਂ ਹੈਗਾ ਉਹ ਅਤੇ ਜਿੱਦਾਂ ਹੀ ਆਊਗਾ ਫਿਰ ਆਪਾਂ ਨਾਲ ਹੀ ਤੁਹਾਨੂੰ ਵੀ ਮਿਲਾਉਂਦੇ ਹਾਂ ਕੋਸ਼ਿਸ਼ ਹੋਊਗੀ ਵੀ ਮੈਂ ਮਿਲਾ ਸਕਾਂ ਹੈ ਨਾ ਕੋਸ਼ਿਸ਼ ਮੇਰੀ ਹੋਊਗੀ ਵੀ ਤੁਹਾਨੂੰ ਮੈਂ ਬੜਾ ਸਕਾਂ ਉਸ ਬੰਦੇ ਦੇ ਨਾਲ ਅਤੇ ਬਾਕੀ ਤਦ ਤੱਕ ਆਪਾਂ ਕੋਈ ਗੱਲ ਨਹੀਂ ਇੱਧਰ ਮਾੜਾ ਜਿਹਾ ਜਾ ਕੇ ਆਉਂਦੇ ਹਾਂ ਘੁੰਮ ਕੇ ਆਉਂਦੇ ਹਾਂ ਇੱਥੇ ਆ ਕੇ ਕਹਿਣ ਦਾ ਮਤਲਬ ਵਧੀਆ ਲੱਗਦਾ ਨੇਚਰ ਵਧੀਆ ਵਾ ਬਸ ਇੱਥੇ ਇਸ ਟਾਈਮ ਠੰਡ ਬਹੁਤ ਜ਼ਿਆਦਾ ਹੋਈ ਹੋਈ ਆ ਇਸ ਫਾਈਨਲੀ ਆਪਾਂ ਇਸ ਡੈਸਟੀਨੇਸ਼ਨ 'ਤੇ ਆ ਕੇ ਇੱਥੇ ਆਪਾਂ ਮੋਟਰਸਾਈਕਲ ਖੜਾ ਲਿਆ ਬਾਕੀ ਮੋਟਰਸਾਈਕਲ ਚੈੱਕ ਕਰਾ ਦਿੰਦਾ ਵੀ ਮੋਟਰਸਾਈਕਲ ਇਸ ਟਾਈਮ ਪੂਰਾ ਸਾਫ਼ ਹੋਇਆ ਹੋਇਆ ਵਾ ਕਿਉਂਕਿ ਧਵਾਇਆ ਸੀ ਵੀਰੇ ਸਾਫ਼ ਤਾਂ ਹੋਣਾ ਹੀ ਆ ਥੋੜ੍ਹੀ ਜਿਹੀ ਮਿੱਟੀ 'ਚ ਜੰਮਣ ਲੱਗ ਗਈ ਆ ਦੇਖੋ ਇਹੀ ਪੰਗਾ ਹੁੰਦਾ ਯਾਰ ਹੋਰ ਸਾਲਾ ਕੋਈ ਚੱਕਰ ਹੀ ਨਹੀਂ ਗਾ ਚਲੋ ਕੋਈ ਨਹੀਂ ਫਾਈਨਲੀ ਆਪਣੀ ਮੀਟਿੰਗ ਹੋ ਗਈ ਆ ਜਿਹੜਾ ਥੋੜ੍ਹੀ ਜਿਹਾ ਪਲਸਰ 'ਤੇ ਮੁੰਡਾ ਜਾ ਰਿਹਾ ਸੀਗਾ ਤੇਜ਼ ਅਤੇ ਉਹ ਬੰਦੇ ਨਾਲ ਹੀ ਆਪਾਂ ਮੀਟਿੰਗ ਗੱਲਬਾਤ ਕਰੀ ਆ ਕੋਈ ਕੰਮ ਦੀ ਗੱਲ ਸੀਗੀ ਜਿਹਦੇ ਨਾਲ ਆਪਾਂ ਗੱਲਬਾਤ ਕਰਕੇ ਅਤੇ ਆਪਣੀ ਸਾਰੀ ਗੱਲਬਾਤ ਹੋ ਗਈ ਆ ਹੁਣ ਜਾ ਰਹੇ ਹਾਂ ਸਿੱਧਾ ਘਰ ਨੂੰ ਅਤੇ ਉਹ ਬੰਦੇ ਨੇ ਕਿਸੇ ਜੋਬ ਦੇ ਰਿਲੇਟਡ ਕੋਈ ਗੱਲਬਾਤ ਕਰਨੀ ਸੀ ਵੈਸੇ ਤਾਂ ਆਪਣੀ ਗੱਲਬਾਤ ਹੋ ਗਈ ਉਹਨਾਂ ਨਾਲ ਅਤੇ ਜਿਹੜਾ ਬੰਦਾ ਸੀਗਾ ਨਾ ਬਾਈਕ 'ਤੇ ਜਾ ਰਿਹਾ ਸੀ ਤੇਜ਼ ਮੈਂ ਮਿਲਾਇਆ ਨਹੀਂ ਹੈਗਾ ਵੈਸੇ ਅਤੇ ਮੈਂ ਵੈਸੇ ਤੁਹਾਨੂੰ ਦਿਖਾ ਤਾ ਵੀ ਆਪਾਂ ਕਿਸੇ ਨੂੰ ਮਿਲਣ ਆਏ ਹਾਂ ਅਤੇ ਜਿਹਨੂੰ ਮਿਲਣ ਆਏ ਸੀਗੇ ਉਹਨੂੰ ਮਿਲ ਲਿਆ ਅਤੇ ਹੁਣ ਆਪਾਂ ਚੱਲੇ ਹਾਂ ਸਿੱਧਾ ਘਰੇ ਅਤੇ ਘਰੇ ਜਾ ਕੇ ਇੱਕ ਆਪਾਂ ਜਾਣਾ ਕੰਮ ਕਿਹੜੇ ਜਾਣਾ ਯਾਰ
ਕਿਸੇ ਕੰਮ ਨੇ ਜਾਣਾ ਘਰੇ ਜਾ ਕੇ ਪਹਿਲਾਂ ਆਪਾਂ ਜਾ ਕੇ ਕੱਪੜੇ ਚੇਂਜ ਕਰਦੇ ਹਾਂ ਫਿਰ ਜਾਵਾਂਗੇ ਉੱਥੇ ਕੀ ਨਾਮ ਆ ਜਿਮ ਜਾ ਕੇ। ਬਾਕੀ ਅੱਜ ਦਾ ਕੋਟਾ ਤਾਂ ਪੂਰਾ ਹੋ ਗਿਆ। ਅੱਜ ਦਾ ਕੋਟਾ ਕੀ ਸੀਗਾ? ਸਰਵਿਸ ਦਾ ਸੀਗਾ ਕੋਟਾ ਅੱਜ ਦਾ। ਉਹ ਤੁਹਾਡੀ ਭੈਣ ਜੀ ਮੈਨੂੰ ਲੱਗਿਆ ਪਟਾਕਾ ਪੈ ਗਿਆ। ਦਰਅਸਲ ਪਟਾਕਾ ਨਹੀਂ ਪਿਆ, ਇਹ ਉਹ ਸਮੇਂ ਦੀ ਗੱਲ ਹੈ ਕਿ ਆਪਾਂ ਘਰ ਨੂੰ ਜਾ ਰਹੇ ਹਾਂ। ਫਾਈਨਲੀ ਹੁਣ ਆਪਾਂ ਜਾਣਾ ਗਾ ਸਿੱਧਾ ਜਿਮ, ਅਤੇ ਮੈਂ ਲੈਣ ਆਇਆ ਸੀਗਾ ਰੁਮਾਲ ਵਗੈਰਾ ਲੈਣ ਆਇਆ ਸੀਗਾ, ਅਤੇ ਬਾਹਰ ਗੱਲਬਾਤ ਕਰਦੇ ਪਿਆ ਫੋਨ 'ਤੇ ਤਾਂ ਥੋੜ੍ਹਾ ਚੱਲਦਾ ਪਿਆ ਸ਼ੋਰ ਜਿਹਾ। ਅਤੇ ਹੁਣ ਆਪਾਂ ਜਾਣਾ ਸੀਗਾ ਜਿਮ, ਬਟ ਕਿਸੇ ਰੀਜ਼ਨ ਕਰਕੇ ਜਸਵਿੰਦਰ ਚਲੇ ਗਿਆ ਵਾ ਆਪਣੇ ਕਿਸੇ ਦੋਸਤ ਕੋਲ, ਅਤੇ ਮੇਰਾ ਮਨ ਕਰਦਾ ਪਿਆ ਯਾਰ ਆਪਾਂ ਕੈਂਸਲ ਕਰ ਦਈਏ ਅੱਜ ਦਾ ਜਿਮ ਦਾ ਪਲੈਨ ਅੱਜ ਕੈਂਸਲ ਕਰਨ ਦਾ ਮਨ ਕਰ ਰਿਹਾ ਬਹੁਤ ਜ਼ਿਆਦਾ। ਫਾਈਨਲੀ ਜਿਮ ਤਾਂ ਅੱਜ ਆਪਾਂ ਜਾਣਾ ਨਹੀਂ ਗਾ, ਅਤੇ ਹੁਣ ਆਪਾਂ ਕਰਨਾ ਆਰਾਮ। ਰੋਟੀ ਰੋਟੀ ਆਪਾਂ ਖਾ ਲਈ ਆ, ਚੌਲ ਚੂ, ਅਤੇ ਹੁਣ ਆਪਾਂ ਆਪਣੇ ਵਲੋਗ ਨੂੰ ਵੀ ਐਂਡ ਹੀ ਕਰ ਦਿੰਦੇ ਹਾਂ। ਹੋਪ ਕਰਦੇ ਤੁਹਾਨੂੰ ਸਾਰਿਆਂ ਨੂੰ ਵਲੋਗ ਵਧੀਆ ਲੱਗਿਆ ਹੋਊਗਾ। ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰਦੇ ਤੁਹਾਡੇ ਕਹਿਣ ਵਲੋਗ ਲਿਖ ਮਿਲਦੇ ਰਹਾਂਗੇ।